ਦਰਿਆ ਪਾਗਾਂ ਵਾਲਿਓ ਸੰਗ ਸਾਰਿਆਂ ਦਾ ਸਮਾਗਮ ਸੰਤਾਂ ਦਾ ਕਰ ਲਓ ਵੱਡਿਆਂ ਪਾਗਾਂ ਵਾਲਿਓ ਸੰਗ ਸਾਰਿਆਂ ਦਾ ਸਮਾਗਮ ਸੰਤਾਂ ਦਾ ਕਰ ਲਓ ਵੱਡਿਆਂ ਪਾਗਾਂ ਵਾਲਿਓ ਸੰਗ ਸਾਰਿਆਂ ਦਾ ਸਮਾਗਮ ਸੰਤਾਂ ਦਾ ਕਰ ਲਓ ਵੱਡਿਆਂ ਪਾਗਾਂ ਵਾਲਿਓ ਸੰਗ ਸਾਰਿਆਂ ਦਾ ਸਮਾਗਮ ਸੰਤਾਂ ਦਾ ਕਰ ਲਓ ਵੱਡਿਆਂ ਪਾਗਾਂ ਵਾਲਿਓ ਸੰਗ ਸਾਰਿਆਂ ਦਾ ਸਮਾਗਮ ਸੰਤਾਂ ਦਾ ਕਰ ਲਓ ਵੱਡਿਆਂ ਪਾਗਾਂ ਵਾਲਿਓ ਸੰਗ ਸਾਰਿਆਂ ਦਾ ਸਮਾਗਮ ਸੰਤਾਂ ਦਾ ਕਰ ਲਓ ਵੱਡਿਆਂ ਪਾਗਾਂ ਵਾਲਿਓ ਸੰਗ ਸਾਰਿਆਂ ਦਾ ਸਮਾਗਮ ਸੰਤਾਂ ਦਾ ਕਰ ਲਓ ਵੱਡਿਆਂ ਪਾਗਾਂ ਵਾਲਿਓ ਨਾਮ ਜਪ ਲਓ ਵਾਹਿਗੁਰੂ ਪਿਆਰਿਓ ਮਨ ਨੂੰ ਇਕਾਗਰ ਕਰਕੇ ਨਾਮ ਜਪ ਲਓ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਇਕਾਗਰ ਕਰਕੇ ਨਾਮ ਜਪ ਲਓ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਇਕਾਗਰ ਕਰਕੇ ਨਾਮ ਜਪ ਲਓ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਇਕਾਗਰ ਕਰਕੇ ਨਾਮ ਜਪ ਲਓ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਇਕਾਗਰ ਕਰਕੇ ਨਾਮ ਜਪ ਲਓ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਇਕਾਗਰ ਕਰਕੇ ਨਾਮ ਜਪ ਲਓ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਇਕਾਗਰ ਕਰਕੇ ਨਾਮ ਜਪ ਲਓ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਇਕਾਗਰ ਕਰਕੇ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈਦਾ ਨਾਮ ਜਪੀਏ ਤਾਂ ਦੂਰ ਹੁੰਦੇ ਦੁਖੜੇ ਸੇਵਾ ਕਰਕੇ ਮਾਣ ਪਾਈਦਾ ਨਾਮ ਜਪੀਏ ਤਾਂ ਦੂਰ ਹੁੰਦੇ ਦੁਖੜੇ ਸੇਵਾ ਕਰਕੇ ਮਾਣ ਪਾਈਦਾ ਨਾਮ ਜਪੀਏ ਤਾਂ ਦੂਰ ਹੁੰਦੇ ਦੁਖੜੇ ਸੇਵਾ ਕਰਕੇ ਮਾਣ ਪਾਈਦਾ ਨਾਮ ਜਪੀਏ ਤਾਂ ਦੂਰ ਹੁੰਦੇ ਦੁਖੜੇ ਸੇਵਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸਾਧ ਸੰਗਤ ਜੀਓ ਇਹ ਜੋ ਸਾਡਾ ਸਮਾਗਮ ਹੈ ਇਹ ਸਾਡਾ ਸਾਲਾਨਾ ਸਮਾਗਮ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਵਡਭਾਗ ਸਿੰਘ ਜੀ ਮਹਾਰਾਜ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਮਨਾਇਆ ਜਾ ਰਿਹਾ ਹੈ ਬਾਬਾ ਵਡਭਾਗ ਸਿੰਘ ਜੀ ਦਾ ਜਿੱਤੇ 112ਵਾਂ ਜਨਮ ਦਿਨ ਹੈ ਬਾਬਾ ਜੀ ਦਾ ਜਨਮ 2 ਸਤੰਬਰ 18 ਭਾਦੋਂ ਦਿਨ ਮੰਗਲਵਾਰ ਨੂੰ 8:43 'ਤੇ ਪੰਜਾਬ 'ਚ ਕਰਤਾਰਪੁਰ ਵਿਖੇ ਦੀ ਧਰਤੀ 'ਤੇ ਹੋਇਆ ਸੀ ਅਤੇ ਅੱਜ ਜੋ ਸਾਡਾ ਸਮੂਹ ਸੰਗਤ ਰੰਗੀਆਂ ਲੁਧਿਆਣਾ ਵਿੱਚ ਇਹ ਸਾਰਾ ਸੰਗਤ ਵੱਲੋਂ ਬੀਬੀ ਕਰਮਜੀਤ ਕੌਰ ਰੰਗੀਆਂ ਬਾਬਾ ਜੀ ਦੇ ਦਰਬਾਰ ਦੀ ਸੇਵਾਦਾਰ ਹੋਣ ਦੇ ਨਾਤੇ ਸਾਰੀਆਂ ਸੰਗਤਾਂ ਨੂੰ ਅਸੀਂ ਵਧਾਈ ਦਿੰਦੇ ਹਾਂ ਅਤੇ ਇਹ ਸਮਾਗਮ ਜੋ ਸਾਡਾ ਸਮਾਗਮ ਹੈ ਸਾਰੀਆਂ ਸੰਗਤਾਂ ਦੀਆਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਅਤੇ ਮੈਂ ਇਸ ਟਾਈਮ 'ਤੇ ਸਾਡੇ GNWU ਵਾਲੇ ਜੋ ਆਏ ਹਨ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਅਤੇ ਮਹਾਰਾਜ ਇਹਨਾਂ ਦੀਆਂ ਵਿਚੜਦੀਆਂ ਕਲਾ ਕਰਨ ਅਤੇ ਬਾਬਾ ਜੀ ਦੇ ਦਰਬਾਰ ਦੀਆਂ ਖੁਸ਼ੀਆਂ ਪ੍ਰਾਪਤ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ